ਪਹਿਲਾਂ ਰਾਤ ਨੂੰ ਡੈਡੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ, ਫਿਰ ਲੜਾਈ ਬਹੁਤ ਹੋਈ। ਫਿਰ ਘਰੇ ਜਿੰਦਾ ਲਾਤਾ ਸੀਗਾ ਡੈਡੀ ਨੂੰ ਅੰਦਰ, ਡੈਡੀ ਨੂੰ ਅੰਦਰ ਜਿੰਦਾ ਲਾਤਾ। ਫਿਰ ਅਸੀਂ ਵੀ ਵਿੱਚ ਹੀ ਪਏ ਸੀ ਕਿ ਡੈਡੀ ਨੂੰ ਅਸੀਂ ਬਾਹਰ ਨਹੀਂ ਨਿਕਲਣ। ਫਿਰ ਉਸ ਤੋਂ ਬਾਅਦ ਡੈਡੀ ਦੁਬਾਰੇ ਉੱਠ ਕੇ ਬੋਲਣ ਲੱਗ ਗਏ। ਫਿਰ ਸਵੇਰੇ ਅਸੀਂ ਚਾਹ ਪਾਣੀ ਪੀਤਾ, ਹੁਣ ਮੈਂ ਅਤੇ ਮੇਰਾ ਚਾਚਾ ਅਸੀਂ ਸਾਰੇ ਸਮਾਨ ਲੈਣ ਚਲੇ ਗਏ, ਉਹ ਪਿੱਛੋਂ ਡੈਡੀ ਨੇ ਮੰਮੀ ਦੇ ਲਵਾ ਲਏ। ਇਹ ਜੋ ਤੁਸੀਂ ਹੁਣੇ ਇੱਕ ਝਲਕ ਸੁਣੀ, ਬਿਆਨ ਸੁਣੀ, ਇਹ ਉਸ ਬੱਚੀ ਦੇ ਸਨ ਜਿਸ ਦੇ ਪਿਓ ਨੇ ਘਰ ਲੜਾਈ ਦੇ ਬਾਅਦ ਪਹਿਲਾਂ ਖੁਦ ਨੂੰ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਮੁੜ ਕੇ ਜਦੋਂ ਬਚ ਗਿਆ ਅਤੇ ਤਲਵਾਰ ਦੇ ਨਾਲ ਉਸਦੀ ਮਾਂ ਨੂੰ ਯਾਨੀ ਕਿ ਆਪਣੀ ਹੀ ਪਤਨੀ ਨੂੰ ਵੱਢ ਸੁੱਟਿਆ। ਜੀ ਹਾਂ, ਇਹ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਅਹਿਮਦਗੜ੍ਹ ਮੰਡੀ ਦੀ ਤਹਿਲੀਜ਼ ਰੂਟ ਕੋਲ ਦਾ, ਜਿੱਥੇ ਤੁਹਾਡੇ ਸਾਹਮਣੇ ਤਸਵੀਰ ਹੈ ਮ੍ਰਿਤਕ ਪਤਨੀ ਬਿਮਲਾ ਦੀ, ਜੋ ਭਜਨ ਮੰਡਲੀ ਦੇ ਨਾਲ ਭਜਨ ਗਾਉਣ ਦਾ ਕੰਮ ਕਰਦੀ ਸੀ ਅਤੇ ਉਸਦਾ ਆਪਣੇ ਪਤੀ ਰਵੀ ਕੁਮਾਰ ਦੇ ਨਾਲ ਘਰ ਨਿੱਤ ਦਾ ਕਲੇਸ਼ ਰਹਿੰਦਾ ਸੀ ਅਤੇ ਬੀਤੇ ਦਿਨੀ ਇਹ ਘਰੇਲੂ ਕਲੇਸ਼ ਇੰਨਾ ਵੱਧ ਗਿਆ ਕਿ ਇਸੇ ਦੇ ਚੱਲਦੇ ਪਤੀ ਰਵੀ ਕੁਮਾਰ ਨੇ ਆਪਣੀ ਹੀ ਪਤਨੀ ਬਿਮਲਾ ਨੂੰ ਤਲਵਾਰਾਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਰਾਰ ਹੋ ਗਿਆ, ਜਿੱਥੇ ਚੀਖ ਚੰਗਿਆੜਾ ਸੁਣ ਕੇ ਗਵਾਂਢੀਆਂ ਨੇ ਬਿਮਲਾ ਨੂੰ ਹਸਪਤਾਲ ਪਹੁੰਚਾਇਆ ਪਰ ਉੱਥੇ ਉਸਦੀ ਮੌਤ ਹੋ ਚੁੱਕੀ ਸੀ। ਬੇਟਾ ਕੀ ਹੋਇਆ ਸੀਗਾ ਘਰੇ, ਕਿਵੇਂ ਲੜਾਈ ਹੋਈ ਹੈ ਤੁਹਾਡੇ ਮੰਮੀ ਡੈਡੀ ਦੀ ਜਾਂ ਕੀ ਹੋਇਆ ਸੀਗਾ? ਲੜਾਈ ਹੋਈ ਸੀ ਜੀ। ਲੜਾਈ ਕਦੋਂ ਹੋਈ ਸੀ? ਰਾਤ ਨੂੰ ਹੋਈ ਸੀਗੀ ਇਹ? ਹਾਂਜੀ। ਫਿਰ ਉਹਦੇ ਵਿੱਚ ਕੀ ਹੋਇਆ, ਲੜਾਈ ਦੇ ਵਿੱਚ ਕੀ ਡੈਡੀ ਨੇ ਕੀ ਕੀਤਾ? ਪਹਿਲਾਂ ਰਾਤ ਨੂੰ ਡੈਡੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਹਾਂਜੀ। ਫਿਰ ਲੜਾਈ ਬਹੁਤ ਹੋਈ। ਅੱਛਾ। ਫਿਰ ਘਰੇ ਜਿੰਦਾ ਲਾਤਾ ਸੀਗਾ ਡੈਡੀ ਨੂੰ ਅੰਦਰ, ਡੈਡੀ ਨੂੰ ਅੰਦਰ ਜਿੰਦਾ ਲਾਤਾ। ਫਿਰ ਅਸੀਂ ਵੀ ਵਿੱਚ ਹੀ ਪਏ ਸੀ ਕਿ ਡੈਡੀ ਨੂੰ ਅਸੀਂ ਬਾਹਰ ਨਹੀਂ ਨਿਕਲਣ ਦੇਣਾ। ਹਾਂਜੀ ਹਾਂਜੀ। ਫਿਰ ਉਸ ਤੋਂ ਬਾਅਦ ਅਸੀਂ ਪੈ ਗਏ ਸਾਰੇ ਜਣੇ। ਠੀਕ ਹੈ। ਫਿਰ ਉਸ ਤੋਂ ਬਾਅਦ ਡੈਡੀ ਦੁਬਾਰੇ ਉੱਠ ਕੇ ਬੋਲਣ ਲੱਗ ਗਏ। ਅੱਛਾ। ਫਿਰ ਸਵੇਰੇ ਅਸੀਂ ਚਾਹ ਪਾਣੀ ਪੀਤਾ, ਹੁਣ ਮੈਂ ਅਤੇ ਮੇਰਾ ਚਾਚਾ ਅਸੀਂ ਸਾਰੇ ਸਮਾਨ ਲੈਣ ਚਲੇ ਗਏ, ਉਹ ਪਿੱਛੋਂ ਡੈਡੀ ਨੇ ਮੰਮੀ ਦੇ ਤਲਵਾਰ ਮਾਰੀ। ਤਲਵਾਰ ਮਾਰੀ ਆ? ਉਹ ਉਦੋਂ ਬਾਅਦ ਤੁਸੀਂ ਉਹ ਉਸ ਟਾਈਮ ਜਦੋਂ ਤਲਵਾਰ ਵੱਜੀ ਉਦੋਂ ਰੌਲਾ ਰੂਲਾ ਪਾਇਆ ਮੰਮੀ ਨੇ ਜਾਂ ਕਿਵੇਂ ਪਤਾ ਲੱਗਿਆ? ਉੱਥੋਂ ਹੌਸਪੀਟਲ 'ਚ ਕਿਵੇਂ ਲੈ ਕੇ ਗਏ ਉਹਨਾਂ ਨੂੰ? ਉੱਥੇ ਮਾਸੀ ਵਾਸ਼ਰੂਮ 'ਚ ਸੀ, ਮਾਸੀ ਨੇ ਮੰਮੀ ਦੀ ਚੀਕਣ ਦੀ ਆਵਾਜ਼ ਸੁਣੀ ਔਰ ਮਾਸੀ ਭੱਜ ਕੇ ਗਈ। ਜੇ ਦੂਜਾ ਛੁਰਾ ਮਾਰਨ ਲੱਗ ਗਿਆ ਉਦੋਂ ਮਾਸੀ ਨੇ ਡੈਡੀ ਨੂੰ ਪਿੱਛੋਂ ਫੜ ਲਿਆ। ਅੱਛਾ। ਲੜਾਈ ਹੋਈ ਬੇਟਾ? ਠੀਕ। ਉਹ ਦੱਸਦਾ ਇਹਨਾਂ ਦੀ ਜੀ, ਇੱਕ ਰਾਤ ਪਹਿਲਾਂ ਮੀਆਂ ਬੀਬੀ ਲੜਾਈ ਹੋਈ, ਉਹਨੇ ਆਪਣੇ ਆਪ ਨੂੰ ਪਹਿਲਾਂ ਪਰਾਲੀ ਜਾ ਕੇ ਅੱਗ ਲਾ ਲਈ, ਆਪਦਾ ਪੈਰ ਮਚਾ ਲਿਆ, ਫਿਰ ਬਿਮਲਾ ਮੇਰੀ ਛੋਟੀ ਸਾਲੀ ਨੇ ਜਾ ਕੇ ਛੜਾਇਆ ਵੀ ਤੁਸੀਂ ਲੜਾਉਣਾ, ਵੀ ਤੁਸੀਂ ਲੜਾਈ ਕਰੋ, ਵੀ ਲੜਾਈ ਨਾ ਕਰੋ, ਤੁਸੀਂ ਆ ਮਰਨ ਵਾਲੀ ਧਮਕੀਆਂ ਕੀ ਦਿੰਦੇ ਹੋ। ਫਿਰ ਜੀ ਇੱਕ ਰਾਤ ਪਹਿਲਾਂ ਬਿਮਲਾ ਅਤੇ ਰਵੀ ਦੀ ਲੜਾਈ ਹੋਈ, ਫਿਰ ਅਗਲੇ ਦਿਨ ਰਵੀ ਨੇ ਉਹਦੇ ਕਿਰਪਾਨ ਮਾਰੀ, ਜੋ ਇੱਥੇ ਪੁਲਿਸ ਨੇ ਕਾਰਵਾਈ ਕੀਤੀ ਆ ਵੀ ਪਰਚਾ ਦੇ ਤਾ ਉਹਦੇ 'ਤੇ, ਵੀ ਕੱਲ੍ਹ ਇੱਥੇ ਅਸੀਂ ਸਰਕਾਰੀ ਹਸਪਤਾਲ ਲੈ ਕੇ ਗਏ, ਇਹਨਾਂ ਨੇ ਸਾਨੂੰ ਸੰਗਰੂਰ ਰੈਫਰ ਕਰਤਾ, ਜੋ ਅੱਜ ਵੀ ਪੋਸਟਮਾਰਟਮ ਹੋਊਗਾ ਤਾਂ ਫਿਰ ਉਹਦੇ 'ਤੇ। ਰੈਫਰ ਪਟਿਆਲੇ ਕੀਤਾ ਸੀ ਸਾਨੂੰ, ਇੱਥੇ ਪਟਿਆਲੇ ਰੈਫਰ ਕੀਤਾ ਸੀ, ਰਾਸਤੇ ਜਾਂਦੇ ਜਾਂਦੇ ਪੂਰੀ ਹੋ ਗਈ, ਜੋ ਸੰਗਰੂਰ ਪਈ ਆ ਉਹਦੀ ਡੈਡ ਬੋਡੀ। ਫਿਰ ਉਹਨਾਂ ਨੇ ਜੀ ਪਹਿਲਾਂ ਸੀ ਮਰੇ ਕੋਲੇ, ਕਦੋਂ ਉਹਦੇ ਹਨਾ ਮੂੰਹ ਵਿੰਗਾ ਹੋਣ ਲੱਗ ਗਿਆ ਜੀ, ਫਿਰ ਮਰੇ ਕੋਲੇ ਮੂੰਹ ਵਿੰਗਾ ਹੋਣ ਲੱਗਿਆ, ਉਹ ਡਾਕਟਰ ਨੇ ਚੈੱਕ ਕੀਤਾ, ਉਹ ਕਹਿੰਦੇ ਵੀ ਹਾਂਜੀ, ਫਿਰ ਕਹਿੰਦੇ ਸੰਗਰੂਰ ਲੈ ਜਾਓ। ਸੰਗਰੂਰ ਜਾਂਦੇ ਜਾਂਦੇ ਰਾਹ 'ਚ ਪੂਰੀ ਸੰਗਰੂਰ ਹਸਪਤਾਲ ਲੈ ਕੇ ਗਏ, ਉਹ ਕਹਿੰਦੇ ਡੈਡ ਹੋ ਗਈ ਆ।
ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਤੇ ਸਾਡੇ ਪੱਤਰਕਾਰ ਨੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਤੇ 91 ਨੰਬਰ FIR ਕਤਲ ਦਾ ਮਾਮਲਾ ਦਰਜ ਕਰਕੇ ਫਰਾਰ ਹੋਏ ਪਤੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਫਿਲਹਾਲ ਉਹ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਆਪਣੀ ਅਗਲੀ ਕਾਰਵਾਈ ਕਰ ਰਹੇ ਨੇ। ਹੁਣ ਇੱਥੇ ਮਾਮੂਲੀ ਜਿਹਾ ਘਰੇਲੂ ਕਲੇਸ਼ ਇੰਨਾ ਵਿਕਰਾਰ ਰੂਪ ਧਾਰਨ ਕਰ ਸਕਦਾ ਹੈ, ਕੌਣ ਸੋਚ ਸਕਦਾ ਸੀ। ਖੈਰ, ਵੇਖਣ ਵਾਲੀ ਗੱਲ ਹੈ ਕਿ ਪੁਲਿਸ ਜਾਂਚ ਦੇ ਬਾਅਦ ਇਸ ਮਾਮਲੇ 'ਚ ਕੀ ਸਾਹਮਣੇ ਆਉਂਦਾ ਹੈ। ਅਹਿਮਦਗੜ੍ਹ ਮੰਡੀ ਤੋਂ ਅਜੇ ਮਲਹੋਤਰਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।